ਹੈਲੋ ਸਟੂਡੈਂਟਸ ਵੈਲਕਮ ਟੂ ਆਵਰ YouTube ਚੈਨਲ ਸੋ ਅੱਜ ਦੀਸ ਵੀਡੀਓ ਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਨੋਟੀਫਿਕੇਸ਼ਨ ਦੇ ਬਾਰੇ ਚ ਗੱਲ ਕਰਨ ਵਾਲੇ ਆ ਜੋ ਕਿ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਅਪਲੋਡ ਕੀਤਾ ਗਿਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੇਕਰ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਨੂੰ ਪੂਰੀ ਅਪਡੇਟ ਨੂੰ ਦੇਖਦੇ ਆ ਤਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਤਾਂ ਗੱਲ ਕੀਤੀ ਗਈ ਕਿ ਸੈਸ਼ਨ ਮਈ 2021 ਦੇ ਸਾਰੇ ਕੋਰਸਾਂ ਦੀਆਂ ਫਾਈਨਲ ਸਮੈਸਟਰ ਦੀਆਂ ਪ੍ਰੀਖਿਆਵਾਂ 24 ਮਈ 2021 ਤੋਂ ਕਰਵਾਈਆਂ ਗਈਆਂ ਸੀ ਤਾਂ ਕੁਝ ਪ੍ਰਾਈਵੇਟ ਰੀਪੇਅਰ ਵਿਦਿਆਰਥੀਆਂ ਨੇ ਧਿਆਨ ਚ ਲਿਆਂਦਾ ਕਿ ਇਹ ਪ੍ਰੀਖਿਆਵਾਂ ਦੇ ਰਹੇ ਵਿਦਿਆਰਥੀਆਂ ਦੇ ਵੱਲੋਂ ਪ੍ਰੀਖਿਆ ਦੇਣ ਦੇ ਲਈ ਆਪਣੇ ਪ੍ਰੀਖਿਆ ਫਾਰਮ ਦੇ ਵਿੱਚ ਗਲਤ ਵਿਸ਼ੇ ਭਰ ਦਿੱਤੇ ਗਏ ਸੀ ਪਰ ਵਿਦਿਆਰਥੀਆਂ ਦੇ ਵੱਲੋਂ ਜਿਸ ਵਿਸ਼ੇ ਦਾ ਉਹ ਪੇਪਰ ਦੇਣਾ ਚਾਹੁੰਦੇ ਸੀ ਉਸ ਦੀ ਹੀ ਪ੍ਰੀਖਿਆ ਦਿੱਤੀ ਗਈ ਹੈ ਤਾਂ ਪ੍ਰਾਈਵੇਟ ਰੀਪੇਅਰ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਦੁਆਰਾ ਪ੍ਰੀਖਿਆ ਫਾਰਮ ਦੇ ਵਿੱਚ ਗਲਤ ਭਰੇ ਵਿਸ਼ਿਆਂ ਦੇ ਵਿੱਚ ਸੋਧ ਕਰ ਦਿੱਤੀ ਜਾਵੇ ਸੋ ਅੱਗੇ ਦੱਸਿਆ ਹੈ ਕਿ ਪ੍ਰਾਈਵੇਟ ਅਤੇ ਰੀਪੇਅਰ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਵਿਦਿਆਰਥੀ ਆਪਣਾ ਪ੍ਰੀਖਿਆ ਫਾਰਮ ਦੇ ਵਿੱਚ ਭਰੇ ਵਿਸ਼ਿਆਂ ਦੇ ਵਿੱਚ ਸੋਧ ਕਰਾਉਣਾ ਚਾਹੁੰਦੇ ਹਨ ਉਹ ప్రతి ਵਿਦਿਆਰਥੀ 5000 ਰੁਪਏ ਫੀਸ ਭਰ ਕੇ ਇਹ ਸੋਧ 2/7/2021 ਤੱਕ ਕਰਵਾ ਸਕਦੇ ਹਨ ਸੋ ਇਹ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜਿਹੜੇ ਵਿਦਿਆਰਥੀਆਂ ਦੇ ਵੱਲੋਂ ਫਾਰਮ ਦੇ ਵਿੱਚ ਵਿਸ਼ੇ ਗਲਤ ਭਰ ਲਏ ਗਏ ਸੀਗੇ ਸੋ ਜਿਹੜੇ ਵਿਦਿਆਰਥੀ ਨੇ ਇਦਾਂ ਦੀ ਪ੍ਰੋਬਲਮ ਫੇਸ ਕੀਤੀ ਹੈ ਉਹਨਾਂ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਅਪਡੇਟ ਦੇ ਨਾਲ ਮਿਲਦੇ ਹਾਂ ਥੈਂਕ ਯੂ